ਦੇ ਸਿਰ ਦੇ ਵਿੱਚ ਹਥੌੜੇ ਨਾਲ ਸੱਟ ਮਾਰ ਕੇ ਉਹਦੀ ਦੁਕਾਨ ਤੋਂ ਜਿਹੜੇ ਹੈਗੇ ਗਹਿਣੇ ਚੋਰੀ ਕਰ ਲਏ ਸੀ ਸੋਨੇ ਦੇ। ਇਹਨਾਂ ਤੋਂ ਜਿਹੜਾ ਵਾਰਦਾਤ ਵਿੱਚ ਵਰਤਿਆ ਗਿਆ ਹਥੌੜਾ, ਮੋਟਰਸਾਈਕਲ ਅਤੇ ਚੋਰੀ ਕੀਤੀ ਗਈ ਚਾਂਦੀ ਦੀ ਚੇਨ ਵਗੈਰਾ ਬਰਾਮਦ ਕੀਤੀ ਜਾ ਚੁੱਕੀ। ਹਾਂਜੀ ਸਰ, ਕੀ ਕਹਿਣਾ ਚਾਹੁੰਦੇ? ਮੈਂ ਸੰਦੀਪ ਕੁਮਾਰ ਵਰਮਾ, ਤਪਾ ਮੰਡੀ ਬਰਨਾਲਾ, ਵਰਮਾ ਜਵੈਲਰ ਦੇ ਓਨਰ ਹੋਣ 'ਤੇ ਜੋ ਮੇਰੇ ਨਾਲ ਇਹ ਘਟਨਾ ਘਟੀ, ਮੇਰੇ 'ਤੇ ਹਥੌੜਿਆਂ ਨਾਲ ਹਮਲਾ ਹੋਇਆ, ਉਸ ਵਿੱਚ ਮੇਰਾ ਨੁਕਸਾਨ ਵੀ ਹੋਇਆ, ਜਾਨੀ ਵੀ ਨੁਕਸਾਨ ਹੋਇਆ, ਮੇਰਾ ਮਾਲੀ ਨੁਕਸਾਨ ਵੀ ਹੋਇਆ। ਇਸ ਔਖੀ ਘੜੀ ਵਿੱਚ ਸਾਰੀ ਮੰਡੀ ਨਿਵਾਸੀਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਔਖੀ ਘੜੀ ਵਿੱਚ ਮੇਰਾ ਅਤੇ ਮੇਰੇ ਪਰਿਵਾਰ ਦਾ ਸਾਥ ਦਿੱਤਾ। ਉਹਨਾਂ ਦਾ ਦੇਣ ਮੈਂ ਕਦੇ ਵੀ ਨਹੀਂ ਦੇ ਸਕਦਾ। ਮੈਂ ਸਾਰੀ ਮੰਡੀ ਦਾ ਬਹੁਤ ਬਹੁਤ ਧੰਨਵਾਦ ਕਰਦਾ। ਹੁਣ ਮੈਂ ਪਹਿਲਾਂ ਨਾਲੋਂ ਬਹੁਤ ਠੀਕ ਮਹਿਸੂਸ ਕਰ ਰਿਹਾ, ਮੇਰੇ ਟਾਂਕੇ ਕੱਟੇ ਗਏ ਹਨ ਅਤੇ ਬਹੁਤ ਹੱਦ ਤੱਕ ਮੈਂ ਠੀਕ ਹਾਂ। ਮੈਂ ਸਰਕਾਰ ਤੋਂ, ਪ੍ਰਸ਼ਾਸਨ ਤੋਂ ਮੰਗ ਕਰਦਾ ਹਾਂ ਕਿ ਦੋਸ਼ੀਆਂ ਨੂੰ ਫੜ ਕੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਸਜ਼ਾ ਦਿੱਤੀ ਜਾਵੇ, ਤਾਂ ਜੋ ਅੱਗੇ ਵੀ ਕਿਸੇ ਮੇਰੇ ਵੀਰ ਨਾਲ ਇਸ ਤਰ੍ਹਾਂ ਦੀ ਘਟਨਾ ਨਾ ਹੋਵੇ। ਧੰਨਵਾਦ ਜੀ। ਤਪਾ ਪੁਲਿਸ ਨੇ ਦੋ ਬੰਦਿਆਂ ਨੂੰ ਫੜਿਆ ਹੈਗਾ ਜਿਹੜੇ ਤੁਹਾਡੇ ਦੋਸ਼ੀ ਹੈਗੇ, ਕੀ ਕਹਿਣਾ ਚਾਹੁੰਦੇ? ਅਸੀਂ ਤਪਾ ਪੁਲਿਸ ਦਾ ਬਹੁਤ ਧੰਨਵਾਦ ਕਰਦੇ ਹਾਂ, ਉਹਨਾਂ ਨੇ ਉਹਨਾਂ ਨੂੰ ਛੇਤੀ ਫੜ ਕੇ ਜੋ ਉਹਨਾਂ 'ਤੇ ਬਣਦੀ ਕਾਰਵਾਈ ਉਹ ਕੀਤੀ ਜਾਵੇ। ਅਤੇ ਅਸੀਂ ਤਾਂ ਉਹਨਾਂ ਤੋਂ ਇਹੀ ਆਸ ਕਰਦੇ ਹਾਂ ਵੀ ਜੋ ਸਾਡਾ ਨੁਕਸਾਨ ਹੋਇਆ ਉਹਨਾਂ ਤੋਂ ਉਹਦੀ ਬਰਾਮਦਗੀ ਕੀਤੀ ਜਾਵੇ। ਇਹ ਸੁਨੇਹਾ ਕੀ ਦੇਣਾ ਚਾਹੁੰਦੇ ਹੋ? ਮੈਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਕਿ ਇਹਨਾਂ 'ਤੇ, ਤਪਾ ਮੰਡੀ ਵਿੱਚ ਮੇਰੇ ਤੋਂ ਦੇਖਣ ਵਿੱਚ ਆਇਆ ਹੈ ਕਿ ਪੁਲਿਸ ਦੀ ਬਹੁਤ ਹੀ ਜ਼ਿਆਦਾ ਸਟਾਫ ਦੀ ਘਾਟ ਹੈ, ਉਹ ਸਟਾਫ ਦੀ ਪੂਰਤੀ ਕੀਤੀ ਜਾਵੇ ਤਾਂ ਜੋ ਇਹ ਘਟਨਾਵਾਂ ਅੱਗੇ ਤੋਂ ਨਾ ਹੋ ਸਕਣ, ਮੇਰੇ ਵਾਂਗ ਕਿਸੇ ਹੋਰ ਵੀਰ ਦਾ ਕੋਈ ਨੁਕਸਾਨ ਨਾ ਹੋਵੇ। ਮੈਂ ਲਾਸਟ ਵਿੱਚ ਫਿਰ ਵੀ ਸਾਰੇ ਮੰਡੀ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੋ ਮੇਰੇ ਨਾਲ ਔਖੀ ਘੜੀ ਵਿੱਚ ਖੜੇ ਹੋਏ। ਤਪਾ ਵਿਖੇ ਸਕੂਲ ਰੋਡ 'ਤੇ ਸੰਦੀਪ ਜਵੈਲਰ ਦੀ ਦੁਕਾਨ 'ਤੇ ਦੋ ਬੰਦਿਆਂ ਨੇ ਦਾਖਲ ਹੋ ਕੇ ਉਹਦੇ ਸਿਰ ਦੇ ਵਿੱਚ ਹਥੌੜੇ ਨਾਲ ਸੱਟ ਮਾਰ ਕੇ ਉਹਦੀ ਦੁਕਾਨ ਤੋਂ ਜਿਹੜੇ ਹੈਗੇ ਗਹਿਣੇ ਚੋਰੀ ਕਰ ਲਏ ਸੀ ਸੋਨੇ ਦੇ, ਅਤੇ ਉਸ ਤੋਂ ਉਹ ਲਗਾਤਾਰ ਫਰਾਰ ਚਲੇ ਆਉਂਦੇ ਸੀਗੇ। ਉਸ ਤੋਂ ਬਾਅਦ ਪੁਲਿਸ ਦੀਆਂ ਤਿੰਨ ਚਾਰ ਟੀਮਾਂ ਬਣਾ ਕੇ ਇੰਸਪੈਕਟਰ CIA ਬਲਜੀਤ ਸਿੰਘ ਅਤੇ ਆਪਣੇ ਨਿਰਮਲਜੀਤ ਸਿੰਘ ਮੁੱਖ ਅਫਸਰ ਥਾਣਾ ਤਪਾ, ਇਹਨਾਂ ਵੱਲੋਂ ਲਗਾਤਾਰ ਜਿਹੜੀ ਹੈਗੀ ਹੈ ਤਫਤੀਸ਼ ਕੀਤੀ ਜਾ ਰਹੀ ਸੀ ਅਤੇ ਉਹਨਾਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖੀ ਜਾ ਰਹੀ ਸੀਗੀ। ਉਹਨਾਂ ਨੇ ਪਤਾ ਕਰਕੇ ਇਹਨਾਂ ਨੂੰ ਅੱਜ ਮਿਤੀ 10/1 ਨੂੰ ਇਤਲਾਹ ਮਿਲਣ 'ਤੇ ਦੋਸ਼ੀਆਂ ਨੂੰ ਰਾਮਪੁਰਾ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕੀਤਾ, ਜਿਨ੍ਹਾਂ ਦੇ ਨਾਂ ਸਨਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਆ। ਕਿੱਥੋਂ ਦੇ ਰਹਿਣ ਵਾਲੇ ਸਰ? ਇਹ ਪਿੰਡ ਬੁਰਜ ਮਾਨਸਾ ਜਿਹੜਾ ਬਠਿੰਡਾ ਜ਼ਿਲ੍ਹੇ 'ਚ ਪੈਂਦਾ ਹੈਗਾ, ਉੱਥੋਂ ਦੇ ਰਹਿਣ ਵਾਲੇ ਸਨ। ਇਹਨਾਂ ਤੋਂ ਜਿਹੜਾ ਵਾਰਦਾਤ ਵਿੱਚ ਵਰਤਿਆ ਗਿਆ ਹਥੌੜਾ, ਮੋਟਰਸਾਈਕਲ ਅਤੇ ਚੋਰੀ ਕੀਤੀ ਗਈ ਚਾਂਦੀ ਦੀ ਚੇਨ ਵਗੈਰਾ ਬਰਾਮਦ ਕੀਤੀ ਜਾ ਚੁੱਕੀ ਹੈ। ਬੈਕਗ੍ਰਾਊਂਡ ਕੀ ਹੈ ਇਹਨਾਂ ਦਾ? ਬੈਕਗ੍ਰਾਊਂਡ ਦਾ ਇਹਨਾਂ ਦਾ ਹੁਣ ਜਿਹੜਾ ਰਿਕਾਰਡ ਹੈਗਾ ਤਾਂ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਕੱਲ੍ਹ ਨੂੰ ਇਹਨਾਂ ਦਾ ਰਿਮਾਂਡ ਲਵਾਂਗੇ ਅਤੇ ਅਗਲੀ ਤਫਤੀਸ਼ ਹੈ ਜਿਹੜੀ ਸਾਰੀ ਕੀਤੀ ਜਾਊਗੀ। ਸਰ ਕੜਾ ਵੀ ਚੋਰੀ ਹੋਇਆ ਸੀ, ਜੋ ਨਹੀਂ ਮਿਲਿਆ ਜੀ? ਉਹ ਤਫਤੀਸ਼ ਦੇ ਦੌਰਾਨ ਕੀਤਾ ਜਾਊ, ਬਰਾਮਦ ਕਰਾਵਾਂਗੇ ਉਹਨੂੰ ਵੀ। ਕੀ ਧਾਰਾਂ ਲਾਈਆਂ ਗਈਆਂ? ਧਾਰਾਵਾਂ ਇਹਨਾਂ 'ਤੇ ਲੱਗੀਆਂ 392, 397, 307, 323, 451, 34 ਅਤੇ 412 IPC। ਸਰ ਜਿਹੜਾ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਸੀਗਾ, ਲੋਕ ਅਨਵੇਅਰ ਵੀ ਨਹੀਂ ਹੈਗੇ ਪੁਲਿਸ ਵੱਲੋਂ ਵੀ ਆਪਣੀਆਂ ਗਤੀਵਿਧੀਆਂ ਤੇਗੀ, ਮੈਸੇਜ ਕੀ ਦੇਣਾ ਚਾਹੁੰਦੇ ਲੋਕਾਂ ਨੂੰ? ਸਰ ਮੈਸੇਜ ਤਾਂ ਲੋਕਾਂ ਨੂੰ ਅਸੀਂ ਜਿਸ ਤਰ੍ਹਾਂ ਪਿਛਲੇ ਦਿਨੀ ਵੀ ਵਪਾਰ ਮੰਡਲ ਨਾਲ ਵੀ ਮੈਂ ਮੀਟਿੰਗ ਕੀਤੀ ਸੀ ਅਤੇ ਉਹਨਾਂ ਨੂੰ ਉਹਨਾਂ ਵੱਲੋਂ ਅਨਾਊਂਸਮੈਂਟਸ ਵੀ ਕਰਵਾਈਆਂ ਸੀਗੀਆਂ ਵੀ ਜੇ ਕੋਈ ਬੰਦਾ ਇਸ ਤਰ੍ਹਾਂ ਜਿਵੇਂ ਇਹ ਮੂੰਹ ਵਗੈਰਾ ਬੰਨ੍ਹ ਕੇ ਇਹਨੇ ਦੁਕਾਨ 'ਤੇ ਆਏ ਸੀ ਤਾਂ ਉਹਨਾਂ ਨੂੰ ਮੂੰਹ ਖੋਲ੍ਹਣ ਵਾਸਤੇ ਕਿਹਾ ਜਾਵੇ, ਅਤੇ ਜੇ ਜਿਨ੍ਹਾਂ 'ਤੇ ਸ਼ੱਕ ਪੈਂਦਾ ਉਹਨਾਂ ਬਾਰੇ ਸੂਚਨਾ ਦਿੱਤੀ ਜਾਵੇ, ਪੁਲਿਸ ਨੂੰ ਦੱਸਿਆ ਜਾਵੇ ਜਾਂ ਆਸੇ ਪਾਸੇ ਦੇ ਕਿਸੇ ਦੁਕਾਨਦਾਰ ਨੂੰ ਦੱਸਿਆ ਜਾਵੇ ਸ਼ੱਕ ਪੈਂਦਾ ਤਾਂ ਉਹਨਾਂ ਤੋਂ ਆਪਾਂ ਪੁੱਛਗਿੱਛ ਕਰ ਸਕਦੇ ਹਾਂਗੇ। ਅਤੇ ਇੰਨੇ ਨਾਲ ਹੀ ਚੋਰ ਹੈ ਜਿਹੜਾ, ਉਹਨਾਂ ਨੂੰ ਉਹ ਵੀ ਡਰ ਜਾਂਦੇ ਨੇ, ਫਿਰ ਪਰਾਂ ਉਹਰਾਂ ਹੋ ਜਾਂਦੇ ਨੇ ਉਹ।